ਇਹ ਸੱਚਮੁੱਚ ਰਸਾਇਣਕ ਸ਼ਾਸਤਰ ਦਾ ਇੱਕ ਰੰਗਦਾਰ ਪ੍ਰਯੋਗ ਹੈ। ਤੁਹਾਨੂੰ ਇਸ ਦੇ ਲਈ ਗਲੂਕੋਜ਼, ਸੋਡੀਅਮ ਹਾਈਡਰੋਕਸਾਈਡ, ਮੈਥਲੀਨ, ਗਲੂ ਤੇ ਇੱਕ ਕਲੀਨਿਕਲ ਫਲਾਸਕ ਚਾਹੀਦਾ ਹੋਵੇਗਾ। ਫਲਾਸਕ ਵਿੱਚ ਥੋੜ੍ਹਾ ਗਲੂਕੋਜ਼ ਪਾਓ ਅਤੇ ਫਿਰ ਸੋਡੀਅਮ ਹਾਈਡਰੋਕਸਾਈਡ ਦੇ ਕਣ, ਥੋੜ੍ਹਾ ਪਾਣੀ ਪਾਓ ਅਤੇ ਇੱਕ ਘੋਲ ਨੂੰ ਜ਼ੋਰ ਜ਼ੋਰ ਦੀ ਹਿਲਾਓ ਤਾਂ ਜੋ ਇਹਦੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ। ਇਹ ਘੋਲ ਵਿੱਚ ਮੈਥਾਈਲੀਨ ਨੀਲ ਦੀਆਂ ਬੂੰਦਾਂ ਪਾਓ। ਇਹ ਘੋਲ ਆਸਮਾਨੀ ਨੀਲਾ ਬਣ ਜਾਵੇਗਾ। ਇਸ ਨੂੰ ਹਿਲਾਉਣ 'ਤੇ ਇਹ ਗੂੜਾ ਨੀਲਾ ਬਣ ਜਾਵੇਗਾ, ਮਗਰ ਇਹ ਫਲਾਸਕ ਸਥਿਰ ਰੱਖਿਆ ਜਾਵੇ ਤਾਂ ਇਹ ਬੇਰੰਗ ਬਣ ਜਾਏਗਾ। ਇਹ ਇਸ ਲਈ ਕਿਉਂਕਿ ਘੋਲ ਸਾਰੀ ਆਕਸੀਜਨ ਦੀ ਖਪਤ ਕਰ ਚੁੱਕਾ ਹੈ ਜੋ ਇਹਨੂੰ ਬੇਰੰਗ ਛੱਡ ਦਿੰਦੀ ਹੈ। ਹਿਲਾਉਣ 'ਤੇ ਇਹ ਹਵਾ ਦੇ ਹੋਰ ਆਕਸੀਜਨ ਸੋਕਦਾ ਹੈ ਅਤੇ ਫਿਰ ਨੀਲਾ ਹੋ ਜਾਂਦਾ ਹੈ। ਸਥਿਰ ਰਹਿਣ 'ਤੇ ਉਹਦੀ ਖਪਤ ਕਰ ਲੈਂਦਾ ਹੈ ਅਤੇ ਬੇਰੰਗ ਬਣ ਜਾਂਦਾ ਹੈ।